अंदर से ले लिए फोटो है, अंदर से ले लिए खड़े होकर ले मगर बोलता भाई इस वे साढ़े 11 बजे की वारदात है। पहले तो उपरों सामने गड्डी खड़ोई है, उत्थे पत्थरबाजी हुई है, 5-7 पत्थर पे। फिर उस तो बाद उन्होंने इतने आके दोनों मुंडियां ने लत नाल दरवाज़ा खोलिया मस्जिद का, जिहड़ी मस्जिद की खिड़की भी टुटी है, कुंडी भी टुटी है, और फिर सारे शीशे पत्थर नाल तोड़े गए, पत्थर नाल सारे हाथ नाल कीता काम। और फिर वो मुंडा एक जिदा देखने आन डे कि वो पहला वीडियो करन डेया सी, किसी नूं वीडियो कॉल करन डेया सी, उन्होंने दस दस के पत्थर मारन डेया सी। दो मुंडे सामने आए सब सीसी कैमरे देखे, कैमरे लगे ने सीसी कैमरे सामने आए। साढ़े सारे शीशे तोड़े खिड़कियाँ के, और इनवर्टर वगैरह सारा तोड़ता, मैक का सारा सिस्टम तोड़ता जी जी। मेरे SHO साहब सुनील शर्मा ने फोन किया सवेरे, साहब वो आए उन्होंने वारदात मौके का देखिया सारा कुछ, और बाकी शौकत SI साहब और एक सब सैक्टर है मुंशी साहब सब आए ने देख रहे सारे सर्वा कर रहे। ਅਤੇ ਸਰ ਰਾਤ ਅਸੀਂ ਤਾਂ ਸਾਢੇ ਕੁ 11 ਦਾ ਟਾਈਮ ਦੱਸਦੇ, 11:30 ਅਸੀਂ ਤਾਂ ਕਠੂਏ ਰਹਿੰਦੇ ਹਾਂ, ਲੇਕਿਨ ਮੈਂ ਸਵੇਰੇ ਕੋਈ 7 ਵਜੇ ਜਦੋਂ ਮੌਲਵੀ ਸਾਹਿਬ ਨੇ ਫੋਨ ਕੀਤਾ ਫਿਰ ਮੈਂ ਆਇਆ, ਅਤੇ ਅਸੀਂ ਆ ਕੇ ਦੇਖਿਆ ਸ਼ੀਸ਼ੇ ਸ਼ੀਸ਼ੇ ਸਾਰੇ ਤੋੜ ਫੋੜ ਕੀਤੀ ਦੀ ਹੈ, ਇਨਵਰਟਰ ਵਗੈਰਾ ਬਾਹਰ ਕੱਢ ਕੇ ਸੁੱਟੇ ਦਾ, ਬੈਟਰੀ ਬਾਹਰ ਸੁੱਟੀ ਦੀ ਹੈ, ਅੰਦਰ ਜੋ ਵੀ ਮਾਈਕ ਵਗੈਰਾ ਤੋੜ ਤਾੜ ਕੇ ਇਹਨਾਂ ਨੇ ਸੁੱਟ ਦਿੱਤਾ ਸਾਰਾ ਹੀ। ਹਾਂਜੀ ਉਹਦੇ ਵਿੱਚ ਸਰ 2 ਲੋਕ ਆਉਂਦੇ ਪਏ ਨਾ, ਹਾਂਜੀ, ਅਤੇ ਬਾਕੀ ਕਿੰਨੇ ਬੰਦੇ ਹੋਰ ਆਏ ਸੀ ਕਿੰਨੇ ਨਹੀਂ ਸੀ ਇਹਦਾ ਕੋਈ ਪਤਾ ਨਹੀਂ ਹੈ, ਕਿਉਂ ਰਾਤੀ ਦੀ ਗੱਲ ਹੈ। ਹਾਂਜੀ ਸ਼ੱਕ ਵਗੈਰਾ ਕੋਈ ਨਹੀਂ ਹੈ ਸਰ, ਪਹਿਲੇ ਤਾਂ ਉਹਨਾਂ ਨੇ ਪੱਥਰ ਪੁੱਥਰ ਮਾਰੇ ਨੇ ਉੱਪਰਲੀ ਜਗ੍ਹਾ ਤੋਂ, ਕਾਫੀ ਪੱਥਰ ਪੁੱਥਰ ਮਾਰੇ, ਮੌਲਵੀ ਸਾਹਿਬ ਕਿਤੇ ਦਾਵਤ ਪਰ ਗਏ ਦਾ ਰਾਤੀ, ਉਹਨੇ ਪਹਿਲੇ ਬੱਟੇ ਬੁੱਟੇ ਮਾਰੇ, ਉਹਨੇ ਸੋਚਿਆ ਇੱਥੇ ਹੈ ਨਹੀਂ ਕੋਈ, ਤਾਂ ਫਿਰ ਉਹ ਥੱਲੇ ਆ ਗਏ, ਥੱਲੇ ਆ ਕੇ ਫਿਰ ਉਹਨਾਂ ਨੇ ਸ਼ੀਸ਼ੇ ਤਸੱਲੀ ਨਾਲ ਸਾਰੇ ਤੋੜਤੇ ਮਸਜਿਦ ਜਿੰਨੇ ਵੀ ਆਹੀ, ਫਿਰ ਲੱਤਾਂ ਮਾਰ ਮਾਰ ਕੇ ਦਰਵਾਜ਼ੇ ਨੂੰ ਤੋੜ ਕੇ ਫਿਰ ਅੰਦਰ ਗਏ ਹੈ, ਫਿਰ ਅੰਦਰੋਂ ਸਮਾਨ ਸਮੂਨ ਕੱਢ ਕੇ ਬਾਹਰ ਸੁੱਟਿਆ, ਤੋੜਿਆ, ਤਾੜਿਆ, ਬੈਟਰੀ ਇਨਵਰਟਰ ਵਗੈਰਾ ਸਾਰਾ ਹੀ ਖਤਮ ਕੀਤਾ, ਅਤੇ ਫਿਰ ਗਏ, ਅਤੇ ਇਆਂ ਉਹਦੇ ਸ਼ੀਸ਼ੀ ਕੈਮਰੇ 'ਚ ਜਿਹੜੇ ਆਉਂਦੇ ਪਏ ਉਹ 2 ਬੰਦੇ ਨਾਲ, ਹਾਂ 2 ਹੀ, ਹਾਂ ਉਹਦਾ ਹੁਣ ਪਤਾ ਆਪੇ, ਫਿਰ ਆਸਤੇ ਚਲੋ ਪੁਲਿਸ ਮੌਕੇ ਪਰ ਆਏ ਦੀ ਹੈ, DSC ਸਾਰੇ ਆਏ ਦਿਨ ਮੌਕੇ ਪਰ, SHO ਆਏ ਦਿਨ, ਸਾਰੇ ਆਏ ਦਿਨ, ਬਾਕੀ ਉਹ ਵੀ ਆਏ ਦਿਨ, CID ਵਾਲੇ ਦੇ ਬੰਦੇ ਵੀ ਸਾਰੇ ਆਏ ਦਿਨ ਵਿਚਾਰੇ, ਅਤੇ ਉਹ ਕੋਈ ਛਾਂਟ ਫੀਨ ਕਰਦੇ ਪਏ ਨੇ। ਮੈਂ ਤਾਂ ਕਹਿੰਦਾ ਕਿ ਅੱਲਾਹ ਦਾ ਇੰਨਾ ਸ਼ੁਕਰ ਹੈ ਕਿ ਸਾਡੇ ਇਸ ਏਰੀਏ ਦੇ ਵਿੱਚ ਲਖਨਪੁਰ ਹੋ ਗਿਆ, ਕਠੂਆ ਹੋ ਗਿਆ, ਬਹੁਤ ਬਿਹਤਰੀਨ ਮਾਹੌਲ ਹੈ, ਬੜਾ ਅੱਛਾ ਮਾਹੌਲ ਹੈ, ਭਾਈਚਾਰਾ ਹੈ, ਬੜੀ ਅੱਛੀ ਗੱਲ ਹੈ, ਬੜੇ ਪਿਆਰ ਮੁਹੱਬਤ ਕੰਨੇ ਅਸੀਂ ਰਹਿੰਦੇ ਹਾਂ ਇੱਥੇ, ਕੋਈ ਅਸੀਂ ਦਿੱਕਤ ਅੱਜ ਤੱਕ ਕੋਈ ਨਹੀਂ ਆਈ। ਇਹ ਪਹਿਲੀ ਵਾਰ ਤਾਂ ਅਸੀਂ ਦੇਖੀਏ ਵੀ ਇਤਨੀਆਂ ਮਤਲਬ ਘਟੀਆ ਔਰ ਇੰਨੀ ਘਟੀਆ ਸੋਚ ਵਾਲਾ ਕੋਈ ਬੰਦਾ ਜਾਂ ਇੰਨੇ ਕੋਈ ਗਲਤ ਬੰਦੇ ਮੈਂ ਪਹਿਲੀ ਵਾਰ ਦੇਖੇ ਵੀ ਕੌਣ ਹੈ। ਇਸ ਕਰਕੇ ਮੇਰੀ ਤਾਂ ਇਹੀ ਅਪੀਲ ਹੈ SSP ਸਰ ਹੈ, ਆਪਣੇ DC ਸਰ ਹੈ, ਔਰ ਜਿੰਨੇ ਵੀ ਆਪਣੇ ਅਫਸਰ ਆਉਣਾ ਹੈ, ਮੈਂ ਤਾਂ ਇਹੀ ਅਪੀਲ ਕਰਾਂਗਾ ਕਿ SI ਇਹ ਬੰਦੇ ਜਲਦੀ ਤੋਂ ਜਲਦੀ ਪਕੜੇ ਜਾਣ, ਔਰ ਇਹਨਾਂ ਦੀ ਪੂਰੀ ਇਹਦੇ ਮੁਤਾਬਕ ਸਜ਼ਾ ਮਿਲਣੀ ਚਾਹੀਏ, ਜਿਹਦੇ ਨਾਲ ਕਿ ਸਾਡਾ ਇੱਥੇ ਦਾ ਭਾਈਚਾਰਾ ਜਾਂ ਮੁਲਕ ਖਰਾਬ ਨਾ ਹੋਏ। ਹਾਂ ਬਸ ਮੈਂ ਇਹ ਚਾਹੁੰਦਾ, ਬਸ ਵੱਡੇ ਅਫਸਰਾਂ